ਨਰੇਂਦਰਪਾਲ ਸਿੰਘ ਦੀ ਕਹਾਣੀ ਹੈ ਚੁੜੇਲ ਸ਼੍ਰੀਮਤੀ ਵਿਸ਼ਨੂ ਦਿਵਕਰ ਨੇ ਕੱਪੜੇ ਲਾਏ ਤੇ ਉਹ ਤਖਤ ਪੋਸ਼ ਉੱਤੇ ਮੋਦੀ ਲੇਟ ਗਈ ਦੀਪਕ ਨੇ ਵੱਖੀਆਂ ਦੇ ਉੱबरे ਮਾਸ ਉੱਤੇ ਮੁਕੀਆਂ ਮਾਰਨੀਆਂ ਸ਼ੁਰੂ ਕੀਤੀਆਂ ਵੱਖੀਆਂ ਉੱਤੇ ਚੜੇ ਮਾਸ ਨਾਲ ਸ਼੍ਰੀਮਤੀ ਦਿਵਕਰ ਨੂੰ ਬੜੀ ਝੜ ਹੈ ਬੜੀ ਖਿਚ ਆਉਂਦੀ ਹੈ ਉਹਨੂੰ ਸਾੜੀ ਬੰਨਦੀ ਹੈ ਮਾਸ ਦੇ ਵੱਡੇ ਵੱਡੇ ਲੋਥੜੇ ਢਲਕਣ ਲੱਗਦੇ ਹਨ ਸ਼੍ਰੀਮਤੀ ਦਿਵਕਰ ਨੇ ਬਲਾਊਜ਼ ਨਿਵੇਂ ਕਰਨ ਦੀ ਵਿਉਂਤ ਉੱਤੇ ਵੀ ਅਮਲ ਕੀਤਾ ਪਰ ਸਾੜੀ ਦੀ ਵੱਟ ਨਾਲ ਲੱਗਦੇ ਵੀ ਬਲਾਊਜ਼ ਵੀ ਕਈ ਬਲਾਊਜ਼ ਹਨ ਬਾਕੀ ਤੀਵੀਆਂ ਹਸਣ ਥਲ-ਥਲ ਕਰਦਾ ਮਾਸ ਘੱਟ ਕਰਨਾ அவਸ਼ਕ ਹੋ ਗਿਆ ਸੁੰਦਰਤਾ ਸਪੈਸ਼ਲਿਸਟ ਨੇ ਇੱਕ ਤਰੀਕਾ ਦੱਸਿਆ ਤਖਤ ਪੋਛ ਤੇ ਨੰਗਿਆ ਹੋ ਮੁੱਦੇ ਲੇਟਣਾ ਮੁੱਖੀਆਂ ਮਰਵਾਉਣੀਆਂ ਇਉਂ ਬਾਕੀ ਸਰੀਰ ਦੇ ਥਲ-ਥਲ ਕਰਦੇ ਮਾਸ 'ਚ ਵੀ ਫਰਕ ਪਏਗਾ ਡਾਕਟਰ ਨੇ ਦੱਸਿਆ ਦੀਪਕ ਮੁੱਖੀਆਂ ਮਾਰੀ ਗਈ ਸ਼੍ਰੀਮਤੀ ਦਿਵਾਕਰ ਦੀ ਤਸੱਲੀ ਨਹੀਂ ਹੋ ਰਹੀ ਸੀ ਕਿਉਂ ਨਹੀਂ ਅੱਜ ਰੋਟੀ ਖਾ ਕੇ ਨਹੀਂ ਆਈ ਥੋੜੀ देर पेछो ਕਿਉਂ ਨਹੀਂ ਸੌਂਦੀ ਜਾਨੀ हां ਇਹ ਦੋਵੇਂ ਗੱਲਾਂ ਠੀਕ ਸਨ ਦੀਪਕ ਭੁੱਖੀ ਸੀ ਤੇ ਰਾਤੀ ਸੁੱਤੀ ਵੀ ਨਹੀਂ ਸੀ ਉਹਦਾ ਨਿੱਕਾ ਭਰਾ ਬਿਮਾਰ ਸੀ ਵਿਨੈ 6 ਸਾਲਾਂ ਦਾ ਵਿਨੈ ਉਹਨੂੰ ਨਮੂਨੀਆਂ ਸੀ ਦੀਪਕ ਕਿਵੇਂ ਸੌਂਦੀ ਉਹਦੀ ਮਾਂ ਸਤੀ ਵੀ ਸੌਣੀ ਸੀ ਸਕੇ ਭੈਣ ਬੇਣੀ ਵੀ ਤੇ ਸਵੇਰੇ ਉਸ ਨਾਸ਼ਤਾ ਨਹੀਂ ਸੀ ਕੀਤਾ ਚਾਹ ਵੀ ਨਹੀਂ ਪੀ ਸਕੀ ਮਾਂ ਨੇ ਸੋ ਆਖਿਆ ਪਰ ਦੀਪਕ ਨੂੰ ਜਲਦੀ ਸੀ ਦੀਪਕ ਦਾ ਦਿਲ ਵੀ ਠੀਕ ਨਹੀਂ ਸੀ ਉਹ ਆਪਣੀ ਨੌਕਰੀ ਉੱਤੇ ਆ ਗਈ ਸਵੇਰੇ 9 ਤੋਂ ਯਾਰਾਂ ਤੱਕ ਉਹਦਾ ਕੰਮ ਇਸ ਕਮਰੇ 'ਚ ਹੁੰਦਾ ਸੀ ਸੁੰਦਰਤਾ ਭਵਨ ਵਿੱਚ 8:30 ਵਜੇ ਸ਼੍ਰੀਮਤੀ ਦਿਵਾਕਰ ਦੀ ਅੱਖ ਖੁੱਲਦੀ ਸੀ ਵਿਸ਼ਨੂ ਦਿਵਾਕਰ ਉਸ ਵੇਲੇ ਤੱਕ ਤਿਆਰ ਹੋ ਚੁੱਕੇ ਹੁੰਦੇ ਪੌਣੇ 9 ਵਜੇ ਨਾਸ਼ਤਾ ਮੇਜ਼ ਤੇ ਲੱਗ ਜਾਂਦਾ ਸੀ ਦਿਵਾਕਰ ਸਮੇਂ ਤੇ અત્યੰਤ ਪੱਕੇ ਸਨ ਉਪਰੋਂ 9 ਵਜੇ ਦੇ ਤੇ ਉਧਰੋਂ ਮਿਲ ਦੇ ਦਰਵਾਜ਼ੇ ਤੇ ਪਹੁੰਚ ਜਾਂਦੇ ਸ੍ਰੀਮਤੀ ਦਿਵਾਕਰ ਆਪਣੇ ਪਤੀ ਨਾਲ ਨਾਸ਼ਤਾ ਕਰਦੀ ਤੇ ਫਿਰ ਸਿੱਧੀ ਸੁੰਦਰਤਾ ਭਵਨ ਚ ਆ ਜਾਂਦੀ ਸਰਦੀ ਦੇ ਦਿਨਾਂ 'ਚ ਇਸ ਕਮਰੇ ਅੰਦਰ 2-3 ਹੀਟਰ ਜਲਦੇ ਕਮਰਾ ਗਰਮ ਹੋ ਜਾਂਦਾ ਬੂਏ ਬਾਰੀਆਂ ਬੰਦ ਬੜੇ ਆਰਾਮ ਨਾਲ ਨੰਗਾ ਹੋ ਸਕਦਾ ਗਰਮੀਆਂ ਆਉਂਦੀਆਂ কুলਰ ਲਾਇਆ ਜਾਂਦਾ ਇਸ ਕਮਰੇ ਦੀ ਇੱਕ ਨੁੱਕਰ 'ਚ ਤਖਤ ਪੋਛ ਪਿਆ ਸੁੰਦਰਤਾ ਵਰਜਿਸ਼ ਲਈ ਇਹ ਬੜੀ ਅਵਸ਼ੇਕ ਚੀਜ਼ ਹੈ ਇੱਕ ਪਾਸੇ ਕੰਧ ਨਾਲ ਡੰਡੇ ਜੜੇ ਗਏ ਕੁਝ ਵਧਾ ਕੇ ਇਸ ਨਾਲ ਬਾਹਾਂ ਦੀ ਵਰਜਿਸ਼ ਹੁੰਦੀ ਸਡੋਲ ਸਡੋਲ ਬਣਦੀਆਂ ਹਨ ਤੇ ਇੱਕ ਪਾਸੇ ਛੱਤ ਨਾਲ ਚਮੜੀ ਦੀਆਂ ਦੋ ਰਸੀਆਂ ਲੰਮ ਕਰੀਆਂ ਸੰਨ ਸਿਰਿਆਂ ਉਤੇ ਹੱਥ ਪਾਉਣ ਵਾਸਤੇ ਰਿੰਗ ਲੱਗੇ ਸਨ ਇੱਕ ਥਾਂ ਪੇਟ ਉਤੇ ਮਾਲਿਸ਼ ਕਰਨ ਲਈ ਇੱਕ ਮਸ਼ੀਨ ਹੈ ਉੱਚੇ ਚੀ ਅਮਰੀਕਾ ਤੋਂ ਮੰਗਵਾਈ ਗਈ ਹੈ ਇੱਕ ਮੇਜ਼ ਉਤੇ ਇੱਕ ਹੋਰ ਮਸ਼ੀਨ ਪਈ ਹੈ ਇਹ ਜਰਮਨੀ ਤੋਂ ਆਈ ਹੈ ਮੂੰਹ ਉਤੇ ਮਾਲਿਸ਼ ਕਰਦੀ ਹੈ ਹੋਰ ਵੀ ਸਾਦੇ ਸਮਾਨ ਹੈ ਬੜਾ ਲੁਭਾਇਮਾਨ ਪਵਨ ਹੈ ਇੱਥੇ ਸ਼੍ਰੀਮਤੀ ਦਿਵਾਕਰ ਨੌ ਤੋਂ ਲਗਭਗ 12 ਵਜੇ ਤੱਕ ਨਿਵਾਸ ਕਰਦੀ ਹੈ ਤਰ੍ਹਾਂ ਤਰ੍ਹਾਂ ਦੀਆਂ ਵਰਜਸ਼ਾਂ ਕਰਦੀ ਹੈ ਹੁਣ ਉਹ ਤਖਤ ਪੋਸ਼ ਉਤੇ ਮੋਢੀ ਲੇਟੀ ਹੈ ਦੀਪਕ ਵੱਖੀਆਂ ਦੇ ਢਲਕੇ masts ਤੇ ਮੁੱਕੀਆਂ ਮਾਰ ਰਹੀ ਐ ਸਰਦੀਆਂ ਦੇ ਦਿਨ ਹਨ ਪਰ ਕਮਰਾ ਗਰਮ ਹੈ ਜਿਵੇਂ ਜੇਠ ਹਾੜ ਦੇ ਮਹੀਨੇ ਹੋਣ ਸ਼੍ਰੀਮਤੀ ਦਿਵਾਕਰ ਦਾ ਪਿੰਡਾ ਪਸੀਨੇ ਨਾਲ ਤਰ ਐ ਹੁਣੇ-ਹੁਣੇ ਉਹ ਬਾਹਾਂ ਦੀ ਵਰਜਿਸ਼ ਕਰਕੇ ਹਟੀ ਐ ਸਾਹ ਵੀ ਫੁੱਲਿਆ ਹੋਇਆ ਮੁੱਢਾ ਲੇਟਣਾ ਕੋਈ ਸੌਖਾ ਕੰਮ ਨਹੀਂ ਪਰ ਲੇਟਣਾ ਜ਼ਰੂਰੀ ਐ ਦੀਪਕ ਮੁੱਕੀਆਂ ਮਾਰ ਰਹੀ ਐ ਤੇ ਉਹਨੂੰ ਵੀ ਪਸੀਨਾ ਛੁੱਟ ਰਿਹਾ ਸਾੜੀ ਉਹਦੀ ਮੋਟੀ ਖੱਦਰ ਦੀ ਬਲਾਊਜ਼ ਵੀ ਖੱਦਰ ਦਾ ਤੇ ਉਹਦੀ ਘੱਟ ਵਰਜਿਸ਼ ਨਹੀਂ ਹੁੰਦੀ ਉਹਨੂੰ ਪਸੀਨਾ ਕਿਵੇਂ ਨਾ ਆਵੇ ਦੀਪਕ ਨੂੰ ਆਪਣੇ ਆਪ ਕੋਲੋਂ ਗਿਲਾਨੀ ਆ ਰਹੀ ਹੈ ਮੈਨੂੰ ਆਪਣੇ ਆਪ ਤੋਂ ਗਿਲਾਨੀ ਆਉਂਦੀ ਹੈ ਜਿਵੇਂ ਆਪਣੇ ਸਰੀਰ ਵਿੱਚੋਂ ਬੋ ਆਉਂਦੀ ਹੋਵੇ ਗਾੜੇ ਪਸੀਨੇ ਦੀ ਬੋ ਸ਼੍ਰੀਮਤੀ ਦਿਵাকর ਨੇ ਅਜੇ ਨਹਾਉਣਾ ਹੈ ਇਹ ਸਾਫ਼ ਹੋ ਜਾਏਗੀ ਪਰ ਮੈਨੂੰ ਬਾਹਰ ਨਿਕਲਦੇ ਆ ਠੰਡ ਲੱਗ ਜਾਣ ਦਾ ਡਰ ਹੈ ਮੈਂ ਕੱਲ ਵੀ ਨਹੀਂ ਨਹਾਤੀ ਇਸ ਮੌਸਮ 'ਚ ਮੈਂ ਠੰਢੇ ਪਾਣੀ ਨਾਲ ਨਹੀਂ ਨਹਾ ਹਾਂ ਪਰ ਪਾਣੀ ਗਰਮ ਕਰਨ ਵਾਸਤੇ ਘਰ 'ਚ ਲੱਕੜਾਂ ਕਿੱਥੇ ਹੈ ਉਫ ਮੈਨੂੰ ਆਪਣੇ ਆਪ ਨਾਲ ਨਫ਼ਰਤ ਹੁੰਦੀ ਜਾਂਦੀ ਹੈ ਮੈਂ ਇੱਥੇ ਕਰਵਿਨੇ ਬਿਮਾਰ ਮਾਂ ਬੁੱਢੀ ਵੈਣੀ ਨਾ ਸਮਝ ਕੰਦ ਨਾਲ ਲੱਗੀ ਘੜੀ 10 ਵਜਾਉਂਦੀ ਹੈ ਕੋਈ ਦਰਵਾਜ਼ਾ ਰਕਾਉਂਦਾ ਦੀਪਕ ਜਾਗਦੀ ਹੈ ਇਹ ਬਹਿਰਾ ਹੈ ਸ਼੍ਰੀਮਤੀ ਵਾਸਤੇ ਕੁਝ ਅਲਪਹਾਰ ਲੈ ਕੇ ਆਇਆ ਹੈ ਉਠਦੀ ਹੈ ਬਹਿਰੇ ਕੋਲ ਟ੍ਰੇ ਫੜ ਕੇ ਲਿਆਉਂਦੀ ਹੈ ਸ਼੍ਰੀਮਤੀ ਦਿਵਾਕਰ ਮਨੀ ਮਨ ਖੁਸ਼ ਹੁੰਦੀ ਹੈ ਮੁੱਦੇ ਲੇਟਣ ਤੋਂ ਖਲਾਸੀ ਹੋਈ ਟ੍ਰੇ 'ਚ ਹਾਰਲਿਕਸ ਦਾ ਪਿਆਲਾ ਹੈ ਵੱਡਾ ਪਿਆਲਾ ਆਮ ਚਾਹ ਦੇ ਪਿਆਲਿਆਂ ਵਰਗਾ ਛੋਟਾ ਜਿਹਾ ਪਿਆਲਾ ਨਹੀਂ ਦੋ ਬਲੇਂਡੇ ਹਨ ਤਲੀ ਹੋਈ ਮੱਛੀ ਦੇ ਦੋ ਟੁਕੜੇ ਹਨ ਦੀਪਕ ਤੇ ਭਾਈ ਉੱਤੇ ਟ੍ਰੇ ਰੱਖਦੀ ਹੈ ਸ਼੍ਰੀਮਤੀ ਦਿਵਾਕਰ ਕੋਲ ਲਿਆਉਂਦੀ ਹੈ ਉਹ ਹੁਣ ਇੱਕ ਆਰਾਮ ਕੁਰਸੀ ਤੇ ਆ ਬੈਠੀ ਹੈ ਸ਼੍ਰੀਮਤੀ ਦਿਵਾਕਰ ਹਾਰਲਿਕ ਸਪਿੰਦੀ ਹੈ ਦੀਪਕ ਅੰਡੇ ਛਿਲਦੀ ਹੈ ਨਮਕ ਮਸਾਲਾ ਲਾ ਕੇ ਪੇਸ਼ ਕਰਦੀ ਹੈ ਜਗ 11 ਵਜੇ ਸੰਤਰਿਆਂ ਜਾਂ ਮਸਮੀਆਂ ਦਾ ਰਸ ਹੁੰਦਾ ਹੈ ਭਰਿਆ ਹੋਇਆ ਗਲਾਸ ਤੇ ਫਿਰ ਸ਼੍ਰੀਮਤੀ ਦਿਵਾਕਰ ਇਸ਼ਨਾਨ ਕਰਦੀ ਹੈ ਦੀਪਕ ਨਾਲ ਜਾਂਦੀ ਹੈ ਨਹਾਉਣ ਚੋਦੀ ਮਦਦ ਕਰਦੀ ਹੈ ਪਿੱਠ ਤੇ ਸਾਬਣ ਮਲ ਪਿੰਡਾ ਚਾ ਸਾਫ ਸ਼੍ਰੀਮਤੀ ਦਿਵਾਕਰ ਦੇ ਹੱਥ ਆਪਣੇ ਪਿੰਡੇ ਦੀਆਂ ਬਹੁਤੀਆਂ ਥਾਵਾਂ ਤੇ ਨਹੀਂ ਪਹੁੰਚ ਸਕਦੇ ਸਾਢੇ 11 ਵਜੇ ਸ਼੍ਰੀਮਤੀ ਦਿਵਾਕਰ ਆਪਣੇ ਡਰੈਸਿੰਗ ਕਮਰੇ ਚ ਵੜਦੀ ਹੈ ਦੀਪਕ ਦੇ ਕੱਪੜੇ ਪਹਿਲਾਂ ਪਸੀਨੇ ਨਾਲ ਗਿੱਲੇ ਹੋਏ ਸੀ ਫਿਰ ਗੁਸਲਖਾਨੇ ਚ ਗਿੱਲੇ ਹੋਏ ਸ਼੍ਰੀਮਤੀ ਖਿੱਚਦੀ ਹੈ ਦੀਪਕ ਗਿੱਲੇ ਕੱਪੜਿਆਂ ਨਾਲ ਤੋਂ ਫਰਿਸ਼ਤੇ ਕਾਲੀਂ ਦਾ ਸਤਿਆਨਾਸ਼ ਕਰ ਦਿੰਨੇ ਆ 1000 ਵਾਰ ਆਖਿਆ ਜ਼ਰਾ ਧਿਆਨ ਰੱਖਿਆ ਕਰ 1000 ਵਾਰ ਸ਼੍ਰੀਮਤੀ ਦਿਵਾਕਰ ਨੇ ਧਿਆਨ ਕਰਨ ਵਾਸਤੇ ਕਿਹਾ 1000 ਵਾਰ ਕਿਹਾ ਕਿ ਦੀਪਕ ਹੋਰ ਕਪੜੇ ਸਿਵਾਏ ਗਿੱਲੇ ਕਪੜੇ ਬਦਲ ਲਿਆ ਕਰੇ ਇਹਦੇ ਬਾਰੇ ਇਸ ਮਹੀਨੇ ਦੀਪਕ ਨੇ ਪੱਕਾ ਫੈਸਲਾ ਕੀਤਾ ਸੀ ਉਹ ਦੋ ਤਿੰਨ ਨਵੀਆਂ ਸਾੜੀਆਂ ਲਏਗੀ ਪਰ ਬਿਨੇ ਨੂੰ ਨਮੂਨੇ ਆ ਗਿਆ ਹੁਣ ਜਦੋਂ ਸ਼੍ਰੀਮਤੀ ਦਿਵਾਕਰ ਨੇ ਟੋਕਿਆ ਤਾਂ ਇੱਕਦਮ ਉਹਦਾ ਖਿਆਲ ਫੇਰ ਬਿਨੇ ਵੱਲ ਚਲਾ ਗਿਆ ਦੀਪਕ ਸੋਚਦੀ ਹੈ ਵਿਨੇ ਦੀ ਜਾਣ ਦਾ ਭਰੋਸਾ ਨਹੀਂ ਮੈਂ ਸਾੜੀਆਂ ਕਿਵੇਂ ਖਰੀਦਾਂ ਮੈਂ ਜਾਣਦੀ ਹਾਂ ਉਧਰੋਂ ਵੀ ਨਹੀਂ ਠੀਕ ਹੋਣਾ ਜੇ ਹੋਇਆ ਤਾਂ ਤੇ ਇਧਰੋਂ ਮਾਣੇ ਪੈ ਜਾਣਾ ਮੈਂ ਕੀ ਕਰਾਂ 4 ਵਰੇ ਪਹਿਲੇ ਦੀਪਕ ਨੇ ਬੀਏ ਪਾਸ ਕੀਤਾ ਸੀ ਐਫ ਐਚ ਸੀ ਜਦੋਂ ਪਿਤਾ ਮਰਿਆ ਸੁੰਦਰ ਰਾਜ ਸ਼੍ਰੀਮਾਨ ਵਿਸ਼ਨੂ ਦੇਵਆਕਰ ਦੀ ਮਿਲ ਵਿੱਚ ਮੁਲਾਜ਼ਮ ਸੀ ਤਨਖਾਹ ਬਹੁਤੀ ਨਹੀਂ ਸੀ ਪਰ ਟੋਟ ਵੀ ਬਹੁਤੀ ਕੋਈ ਨਹੀਂ ਚੰਗਾ ਗੁਜ਼ਾਰਾ ਸਾਫ਼ ਰਹਿਣ ਬਹਿਣ ਸੋਣਾ ਖਾਣ ਪੀਣ ਜਿਸ ਸਾਲ ਪਿਓ ਮਰਿਆ ਉਹ ਤੋਂ 1 ਸਾਲ ਪਹਿਲੇ ਦੀਪਕ ਦੀ ਮੰਗਣੀ ਹੋਈ ਸੀ ਤੈ ਹੋਇਆ ਸੀ ਵਿਆਹ 2.5 ਸਾਲ ਪਿੱਛੋਂ ਹੋਇਆ ਜਦੋਂ ਦੀਪਕ ਬੀਏ ਪਾਸ ਕਰ ਲਿਆ ਸੁੰਦਰ ਰਾਜ ਮਰਿਆ ਦੀਪਕ ਦੀ ਮਾਂ ਨੇ ਜਲਦੀ ਵਿਆਹ ਮੰਗਿਆ ਮੁੰਡਾ ਆੜ ਬੈਠਾ ਸਤੀਸ਼ ਉਹਦਾ ਨਾਂ ਸੀ ਆਖੇ ਨਹੀਂ ਬੀਏ ਪਾਸ ਕੁੜੀ ਨਾਲ ਹੀ ਵਿਆਹ ਕਰਨਾ ਦੀਪਕ ਨੇ ਬੀਏ ਕੀਤਾ ਤੇ ਉਦੋਂ ਤੱਕ ਉਹਨਾਂ ਦੀ ਹਾਲਤ ਪਤਲੀ ਹੋ ਗਈ ਦੋ ਬਰੇ ਘਰੋਂ ਕੱਢ ਕੇ ਖਾਦਾ ਸੌਖੀ ਗੱਲ ਨਹੀਂ ਹੁਣ ਮੁੰਡੇ ਦੇ ਮਾਪੇ ਆਈ ਗਈ ਕਰਨ ਲੱਗੇ ਦੀਪਕ ਨੇ ਕਿਹਾ ਮਾਂ ਮੈਂ ਵਿਆਹ ਨਹੀਂ ਕਰਾਉਣਾ ਤੁਸੀਂ ਮੈਨੂੰ ਬੀਏ ਕਰਾਇਆ ਮੇਰਾ ਫਰਜ਼ ਹੈ ਬਿਨੇ ਤੇ ਬੇਨੀ ਨੂੰ ਪੜਾਵਾ ਧੀਏ ਵਿਆਹ ਬਿਨਾਂ ਨਹੀਂ ਲੰਘਦੀ ਇਸ ਦੇਸ਼ ਲੰਗੇਗੀ ਮਾਂ ਮਨਜ਼ੂਰ ਲਾਏ ਧੀ ਮੰਨੇ ਨਾ ਮਾਂ ਰੋਵੇ ਤੇ ਕਲਪੇ ਧੀ ਚੁੱਪ ਰਹਿ ਅੰਦਰੋਂ ਅੰਦਰ ਪੀ ਜਾਏ ਦੀਪਕ ਨੇ ਟਾਈਪ ਸਿੱਖੀ ਇੱਕ ਦਫ਼ਤਰ ਚ ਨੌਕਰੀ ਕੀਤੀ ਦੀਪਕ ਦਾ ਹੁਸਨ ਮਾਲਕ ਦੇ ਮੂੰਹ ਚ ਰਾਲਾਂ ਡੇਗਣ ਲਈ ਲੱਗੀਆ ਇੱਕ ਸਾਲ ਕਿਤੇ ਹੋਰ ਲਾਇਆ ਉਥੋਂ ਵੀ ਮੁਸ਼ਕਲ ਨਾਲ ਅਸਮਤ ਬਚੀ ਇੱਕ ਤਾਂ ਹੋਰ ਠੱਕੇ ਖਾਦੇ ਪੰਜ ਮਹੀਨੇ ਨੌਕਰੀ ਕੀਤੀ 150 ਰੁਪਏ ਝੁੱਗੇ ਜੋ ਕੁੱਲ ਰਕਮ 200 ਮਿਲੀ ਫਰਮ ਬੋਗਸ ਸੀ ਦੀਪਕ ਨੂੰ ਟਰਕਾ ਗਈ ਅੰਤ ਸ੍ਰੀ ਵਿਸ਼ਨੂੰ ਦਿਵਾਕਰ ਨੂੰ ਸੁੰਦਰ ਰਾਜ ਦੇ ਟੱਬਰ ਉੱਤੇ ਤਰਸ ਆਇਆ ਸ਼੍ਰੀਮਤੀ ਦਿਵਾਕਰ ਨੂੰ ਇੱਕ ਜਾਤੀ ਆਇਆ ਦੀ ਲੋੜ ਸੀ ਇੱਕ ਕੁੜੀ ਜਿਹੜੀ ਸਮਝਦਾਰ ਹੋਵੇ ਜਿਹੜੀ ਪ੍ਰਦਰਸ਼ਨੀ ਉਹ ਬਾਕੀ ਲੇਡੀਆਂ ਸੈਨਾਨੀਆਂ ਤੇ ਸ਼੍ਰੀਮਤੀਆਂ ਕੇ ਕਰ ਸਕੇ ਪੜ੍ਹੀ ਲਿਖੀ ਹੋਵੇ ਅੰਗਰੇਜ਼ੀ ਚ ਛਪਦੇ ਸੁੰਦਰਤਾ ਬਾਰੇ ਰਸਾਲੇ ਪੜ੍ਹ ਕੇ ਸੁਣਾ ਸਕੇ ਸੁੰਦਰਤਾ ਬਾਰੇ ਰਸਾਲੇ ਕਿਸ ਮੂੰਹ ਤੇ ਕਿਹੋ ਜਿਹਾ ਮੇਕਅਪ ਕਿਸ ਰੰਗ ਉਤੇ ਕਿਸ ਰੰਗ ਦਾ ਲਿਪਸਟਿਕ ਕਿਸ ਸਰੀਰ ਪਰ ਕਿਸ ਕਿਸਮ ਦੀ ਬਲਾਊਜ਼ ਤੇ ਸਾੜੀ ਕਿਸ ਤਕਲੀਫ ਲਈ ਕਿਹੜੀ ਸ਼ੈ ਕਿਸ ਕਮਜ਼ੋਰੀ ਲਈ ਕਿਹੜੀ ਟੌਨਕ ਗੱਲਾਂ ਮੁਲਾਇਮ ਰੱਖਣ ਲਈ ਕਿਹੜੀ ਕਰੀਮ ਕਿਹੜੀ ਅੰਗੀ ਮਾਲਿਸ਼ ਲਈ ਕਿਹੜਾ ਤੇਲ ਅੱਖਾਂ ਲਈ ਮਸਕਰਾ ਮੇਲ ਮਿਲਾਪ ਤੇ ਨਵੀਨ ਰਸਮਾਂ ਰਿਵਾਜਾਂ ਬਾਰੇ ਛਪਦੇ ਰਸਾਲੇ ਤੇ ਪੁਸਤਕਾਂ ਕੌਣ ਪੜ੍ਹ ਕੇ ਸੁਣਾਏ ਸ਼੍ਰੀਮਤੀ ਦਿਵਕਰ ਨੂੰ ਦੀਪਕ ਪੜਦੀ ਪੜ ਕੇ ਸੁਣਾਉਂਦੀ ਸੁਣਾ ਕੇ ਸਮਝਾਉਂਦੀ ਵਸਤੂਆਂ ਦੇ ਆਰਡਰ ਕਰੀ ਮਾਂ ਲਿਪਸਟਿਕ ਆ ਮਸਕਾਰੇ ਪਾਊਡਰ ਤੇਲ ਟੋਨਿਕਾਂ ਚੀਜ਼ਾਂ ਆਉਂਦੀਆਂ ਦੀਪਕ ਸ਼੍ਰੀਮਤੀ ਦਿਵਕਰ ਨੂੰ ਬਰਤਨ ਦੀ ਜਾਂਚ ਦੱਸਦੀ ਪੜ ਪੜ ਕੇ ਸਮਝਾਉਂਦੀ ਉਹਨੂੰ 200 ਰੁਪਏ ਮਾਹਵਾਰ ਮਿਲਦਾ ਬੜੀ ਰਕਮ ਸੀ ਇਹ ਉਹ ਘਰ ਦਾ ਗੁਜ਼ਾਰਾ ਚਲਾਉਂਦੀ 1.5 ਸਾਲ ਦੀ ਨੌਕਰੀ 'ਚ ਦੀਪਕ ਨੇ ਕੋਈ ਨਾਗਾ ਨਹੀਂ ਸੀ ਪਾਇਆ ਵਕਤ ਸੇ ਰੁਧਿਵਾਕਰ ਜੀ ਦੀ ਕੋਠੀ ਪਹੁੰਚ ਜਾਂਦੀ ਸਦਾ ਬੇਵਕਤ ਉੱਥੋਂ ਆਉਂਦੀ ਬੇਵਕਤ ਕਿਉਂਕਿ ਸ਼੍ਰੀਮਤੀ ਦਿਵਾਕਰ ਕੱਪੜੇ ਲਾਉਣ ਵੇਲੇ ਦੀਪਕ ਦੀ ਹਾਜ਼ਰੀ ਲਾਜ਼ਮੀ ਸਮੇਂ ਦੀ ਸੀ ਪਾਰਟੀਆਂ ਤੇ ਨਾਚਾਂ ਦੇ ਕਲੱਬਾਂ 'ਚ ਸ਼੍ਰੀਮਤੀ ਦਿਵਾਕਰ ਨੂੰ ਲਗਭਗ ਹਰ ਰਾਤ ਹੀ ਦੇਰ ਹੋ ਜਾਂਦੀ ਦੀਪਕ ਉਹਨੂੰ ਉਡੀਕਦੀ ਉਹ ਆਉਂਦੀ ਫਿਰ ਅੱਧਾ ਘੰਟਾ ਪਿੱਛੋਂ ਕਿਤੇ ਉਹਨੂੰ ਛੁੱਟੀ ਮਿਲਦੀ ਦੀਪਕ ਨੇ ਕਦੀ ਗੱਲਾ ਨਹੀਂ ਸੀ ਕੀਤਾ ਉਸ ਕਦੀ ਜਲਦੀ ਜਾਣ ਦੀ ਆਗਿਆ ਨਹੀਂ ਸੀ ਮੰਗੀ ਘਰ ਜਾ ਕੇ ਦੀਪਕ ਨੇ ਕਰਨਾ ਵੀ ਕੀ ਸੀ ਉਹ ਸੋਚਦੀ ਇੱਥੇ ਹੀ ਚੰਗੀਆਂ ਜ਼ਿੰਦਗੀ ਬਾਰੇ ਸੋਚਦੀਆਂ ਭੂਤ ਤੇ ਭਵਿੱਖ ਬਾਰੇ ਸੋਚਦੀਆਂ ਗਰੀਬੀ ਤੇ ਅਮੀਰੀ ਬਾਰੇ ਸੋਚਦੀਆਂ ਕਿ ਕਿਸੇ ਕੋਲ ਕੀ ਹੈ ਕਿਸੇ ਕੋਲ ਕੀ ਨਹੀਂ ਸतीश ਨੂੰ ਯਾਦ ਕਰਦੀਆਂ ਉਹਦਾ ਵਿਆਹ ਹੋ ਗਿਆ ਇੱਕ ਅਮੀਰ ਘਰ ਚ ਬੱਟੀ ਸੋਹਣੀ ਨਹੀਂ ਪਰ ਕੀ ਹੋਇਆ ਅਮੀਰ ਘਰ ਦੀ ਤਾਂ ਹੈ ਉਸ ਤਾਂ ਮੈਨੂੰ ਕੀ ਯਾਦ ਕਰਨਾ ਹੋਇਆ ਕਰ ਜਾ ਕੇ ਮੈਂ ਕੀ ਕਰਾਂਗੀ ਮਾਂ ਨਾਲ ਦੁੱਖ ਫੋਲਣ ਦਾ ਕੋਈ ਲਾਭ ਦੁੱਖੀ ਫੋਲਣੇ ਆ ਮਾਂ ਨਾਲ ਵੇਨੇ ਤੇ ਵੈਣੀ ਨਾਲ ਵੀ ਕੀ ਗੱਲਾਂ ਕਰਾਂ ਹੱਸਣਾ ਖੇਡਣਾ ਮੇਰੀ ਜ਼ਿੰਦਗੀ ਚ ਹੁਣ ਮੁੱਖ ਹੀ ਗਿਆ ਕਮਾਉਂਦੀ ਆ ਭੈਣ ਤੇ ਭਰਾ ਨੂੰ ਪੜਾਉਂਦੀ ਆ ਇਹ ਬੜੀ ਸੰਤੁਸ਼ਟਤਾ ਹੈ ਕਈਆਂ ਨੂੰ ਇੰਨੀ ਸੰਤੁਸ਼ਟਤਾ ਵੀ ਨਸੀਬ ਨਹੀਂ ਹੁੰਦੀ ਮੈਂ ਕਈਆਂ ਨਾਲੋਂ ਚੰਗੀ ਆ ਮੈਂ ਖੁਸ਼ਕਿਸਮਤ ਆ ਖੁਸ਼ਬਖਤ ਸ਼੍ਰੀਮਤੀ ਦਿਵਾਕਰ ਵਰਜੀਸ਼ ਕਰਦੀ ਦੀਪਕੋ ਦੇ ਨਾਲ ਹੁੰਦੀ ਉਹ ਨਹਾਉਂਦੀ ਦੀਪਕ ਨੂੰ ਨੂੰਹ ਹੁੰਦੀ ਉਹ ਤਿਆਰ ਹੁੰਦੀ ਦੀਪਕ ਉਹਦੀ ਸਹਾਇਤਾ ਕਰਦੀ 12:00 ਵਜੇ ਤਿਆਰ ਹੋ ਕੇ ਸ਼੍ਰੀਮਤੀ ਦਿਵাকর ਕਦੀ ਮੋਟਰ ਤੇ ਬਾਹਰ ਚਲੀ ਜਾਂਦੀ ਕਿਸੇ ਪਾਰਟੀ ਉੱਤੇ ਕਿਸੇ ਨੂੰ ਮਿਲਣ ਕਿਸੇ ਸ਼ੈਅ ਦਾ ਪ੍ਰਬੰਧ ਕਰਨ ਕਦੀ ਉਹ ਬਾਹਰ ਬਗੀਚੇ 'ਚ ਜਾ ਬੈਠਦੀ ਦੀਪਕ ਉਸੇ ਵੇਲੇ ਡਰੈਸਿੰਗ ਰੂਮ ਸਾਫ਼ ਕਰਦੀ ਕੱਪੜੇ ਥਾਂ 'ਤੇ ਰੱਖਦੀ ਪਾਊਡਰ ਲਿਪਸਟਿਕ ਤੇ ਲੋਸ਼ਨ ਕਰੀਮਾਂ ਉਹ ਆਪਣੀ ਥਾਂ 'ਤੇ ਸ਼ੀਸ਼ਾ ਪੂੰਝਦੀ ਇੱਕ ਇੱਕ ਵਸਤ ਝਾੜਦੀ ਫਿਰ ਸੁੰਦਰਤਾ ਪਵਨ ਚ ਜਾਂਦੀ ਚੂੜੀ ਐਨੇ ਚ ਚਿਰ ਝਾੜੂ ਦੇ ਚੁੱਕੀ ਹੁੰਦੀ ਖੋਰ ਨੌਕਰ ਝਾੜ ਪੂੰਝ ਕਰ ਰਿਹਾ ਹੁੰਦਾ ਇੱਥੇ ਦੀਪਕ ਦਾ ਕੰਮ ਸੀ ਵਰਜਿਸ਼ ਦਾ ਸਮਾਨ ਥਾਂ ਸਿਰ ਕਰਨਾ ਬਹੁਤ ਵਾਰੀ ਜਦੋਂ ਸ਼੍ਰੀਮਤੀ ਦਿਵਾਕਰ ਬਾਗ ਚ ਬੈੰਦੀ ਤਾਂ ਦੀਪਕ ਨੂੰ ਸੱਦ ਭੇਜਦੀ ਉਹਦਾ ਕੰਮ ਅਜੇ ਖਤਮ ਨਹੀਂ ਸੀ ਹੋਇਆ ਹੁੰਦਾ ਪਰ ਆਜ ਦੀਪਕ ਨਾ ਕਰਨਾ ਨਹੀਂ ਸੀ ਜਾਣਦੀ ਸਦਾ ਜੀ ਹੀ ਉਹਦੇ ਮੂੰਹ ਨਿਕਲਦਾ ਬਾਹਰ ਆ ਜਾਂਦੀ ਸ਼੍ਰੀਮਤੀ ਦਿਵਾਕਰ ਨੂੰ ਅੰਗਰੇਜ਼ੀ ਦੇ ਰਸਾਲੇ ਤੇ ਕਿਤਾਬਾਂ ਸੁਣਾਉਂਦੀ ਹੁਣ ਜੋ ਦੁਪਹਿਰ ਦੇ ਖਾਣੇ ਪਿਛੋਂ ਦੀਪਕ ਨੂੰ ਘੰਟਾ ਦੋ ਆਰਾਮ ਕਰਨ ਨੂੰ ਮਿਲ ਜਾਂਦੇ ਪਰ ਜਿਸ ਦਿਨ ਬਗੀਚੇ 'ਚ ਹਾਜ਼ਰੀ ਭਰਨੀ ਪੈਂਦੀ ਇਹ ਸਮਾਂ ਸਫਾਈ ਤੇ ਆਮ ਵਿਹਾਰ 'ਚ ਲੱਗ ਜਾਂਦਾ ਇੰਜ ਹੀ ਅੱਜ ਹੋਇਆ ਸ਼੍ਰੀਮਤੀ ਦਿਵਾਕਰ ਬਾਹਰ ਧੁੱਪਿਆ ਬੈਠੀ ਦੀਪਕ ਸੁਣਾਈ ਗਈ ਫੈਸ਼ਨਾਂ ਬਾਰੇ ਰਸਾਲੇ ਸੁੰਦਰਤਾ ਬਾਰੇ ਪੁਸਤਕਾਂ ਦੇ ਭਾਰ ਘਟ ਕਰਨ ਬਾਰੇ ਸਾਹਿਤ ਲਿਆਂਦਾ ਗਿਆ ਇੱਕ ਰਸਾਲਾ ਫੋਲਦਿਆਂ ਦੀਪਕ ਠਟੰਬਰ ਗਈ ਉਹਦੇ ਸਾਹਮਣੇ ਇੱਕ ਕੁੜੀ ਸੀ ਭਰ ਜਵਾਨ ਅਤ ਸੁੰਦਰ ਅਤੀ ਪਿਆਰੀ ਅਤ ਮਿੱਠੀ ਤੇ ਮਨੋਰ ਤੇ ਦੀਪਕ ਨੂੰ ਲੱਗਾ ਕਿ ਉਹਦੀ ਸ਼ਖਲੇ ਇਸ ਕੁੜੀ ਨਾਲ ਮਿਲਦੀ ਹੈ ਉਹਦੇ ਵੱਲ ਵੇਖ ਰਹੀ ਸੀ ਕਿ ਆਪਣੇ ਵੱਲ ਉਹਨੇ ਵਰਕਾ ਪਰਤੇ ਹੈ ਇਸ ਕੁੜੀ ਦੀਆਂ अनेका ਤਸਵੀਰਾਂ ਹੋਰ ਸਨ ਕਿਤੇ ਉਸ ਸਮੁੰਦਰ ਦੇ ਕਿਨਾਰੇ ਰੇਤ ਤੇ ਲੇਟ ਰਹੀ ਹੈ ਨਹਾਉਣ ਵਾਸਤੇ ਸੰਖੇਪ ਵਸਤਰ ਪਹਿਨੇ ਹੈ ਹੁਣ ਉਹ ਸਮੁੰਦਰ ਚ ਨਹਾ ਰਹੀ ਹੈ ਕਿਵੇਂ ਲਈ ਗਈ ਹੋਏਗੀ ਇਹ ਫੋਟੋ ਇੱਕ ਤਸਵੀਰ ਚ ਉਹਦੀ ਬਰਾ ਪਾਈ ਹੈ ਘੋੜੇ ਉਤੇ ਸਵਾਰੀ ਹੋ ਰਹੀ ਹੈ ਇੱਕ ਵਿੱਚ ਸ਼ਾਮ ਦੀ ਪਾਰਟੀ ਲਈ ਸੁੰਦਰ ਪੋਸ਼ਾਕ ਚ ਸਜੀ ਖੜੀ ਹੈ ਇਹ ਸੁੰਦਰ ਕੁੜੀ ਇਹ ਫੋਟੋ ਚ ਕਿਸੇ ਨਾਲ ਨੱਚ ਰਹੀ ਹੈ ਇੱਕ ਤਸਵੀਰ ਰਾਤੀ ਪਾਉਣ ਵਾਲੇ ਕੱਪੜਿਆਂ ਚ ਇੱਕ ਬਾਥਰੂਮ ਵਿੱਚ ਇੱਕ ਡਰੈਸਿੰਗ ਰੂਮ ਵਿੱਚ ਦੀਪਕ ਪੜ ਕੁਝ ਨਹੀਂ ਰਹੀ ਬਸ ਇਸ ਕੁੜੀ ਵੱਲ ਵੇਖੀ ਜਾ ਰਹੀ ਹੈ ਇਹਦੇ ਨਕਸ਼ ਬਿਲਕੁਲ ਉਹਦੇ ਆਪਣੇ ਨਕਸ਼ਾਂ ਵਾਂਗ ਹਨ ਨੱਕ ਦੀ ਘੱਟ ਬੁੱਲਾਂ ਦੀ ਬਣਤਰ ਗੱਲਾਂ ਦੀ ਮਲੂਕਤਾ ਸੁਰਾਹੀਦਾਰ ਗੱਲਾਂ ਸਰੀਰ ਅੰਗ ਅੰਗ ਬਿਲਕੁਲ ਮਿਲਦੀਆਂ ਜੁਲਦੀਆਂ ਇਹ ਦੋਵੇਂ ਕੁੜੀਆਂ ਇੱਕਾ ਇੱਕ ਸ਼੍ਰੀਮਤੀ ਦਿਵাকর ਬੋਲੀ ਤੈਨੂੰ ਅੱਜ ਕੀ ਹੈ ਦੀਪਕ ਨਿੰਦਰ ਆਈਏ ਦੀਪਕ ਤਰਪਕਦੀ ਹੈ ਆਪਣੀ ਮੋਟੀ ਤੇ ਗਿੱਲੀ ਸਾੜੀ ਨਾਲ ਉਸ ਆਪਣਾ ਮੱਥਾ ਪੁੰਝਿਆ ਉਸ ਸ਼੍ਰੀਮਤੀ ਦਿਵਾਕਰ ਕੋਲੋਂ ਮਾਫੀ ਮੰਗੀ ਤੇ ਆਪਣਾ ਕੰਮ ਕਰਨ ਲੱਗੀ। ਸ਼੍ਰੀਮਤੀ ਨਾਲੂ ਨਾਲ ਆਪਣਾ ਮੂੰਹ ਸ਼ੀਸ਼ੇ 'ਚ ਵੇਖ ਰਹੀ ਸੀ। ਹੁਣ ਉਸ ਸ਼ੀਸ਼ਾ ਰੱਖਿਆ ਇੱਕ ਇੱਕ ਦੀਪਕ ਨੂੰ ਆਪਣਾ ਮੂੰਹ ਸ਼ੀਸ਼ੇ 'ਚ ਦਿਸਿਆ ਉਹ ਸੋਚਿਆ। ਨਹੀਂ ਮੈਂ ਉਹ ਸੋਹਣੀ ਕੁੜੀ ਵਾਂਗ ਕਿੱਥੇ ਕਿੱਥੇ ਉਹ ਕਿੱਥੇ ਮੈਂ ਕਿੱਥੇ ਮੇਰੇ ਇਹ ਬੁੱਲ ਜਿਨ੍ਹਾਂ 'ਤੇ ਕਦੀ ਲਿਪਸਟਿਕ ਨਹੀਂ ਲੱਗੀ ਕਿੱਥੇ ਮੇਰੀਆਂ ਘਰ ਸੀਤੀਆਂ ਗੀਆਂ ਘਰ ਸੀਤੇ ਬਲਾਊਜ਼ ਕਿੱਥੇ ਕੋੜੇ ਤੇਲ ਨਾਲ ਮੁਸ਼ਕੀ ਵਾਲ ਕਿੱਥੇ ਮੇਰੀਆਂ ਗੱਲਾਂ ਜਿਨ੍ਹਾਂ ਨੂੰ ਕਦੀ ਕਰੀਮ ਨੇ ਨਹੀਂ ਛੋਇਆ ਕਿੱਥੇ ਮੇਰਾ ਸਰੀਰ ਬਿਨਾ ਵਰਜਿਸ਼ ਤੇ ਬਿਨਾ ਖੁਰਾਕ ਦੇ ਕਰੀਮਾਂ ਪਾਊਡਰਾਂ ਲੋਸ਼ਨਾਂ ਲਿਪਸਟਿਕਾਂ ਟੋਨਿਕਾਂ ਮੇਰੇ ਆਲੇ ਦੁਆਲੇ ਹਨ ਪਰ ਮੇਰੇ ਵਾਸਤੇ ਨਹੀਂ ਮੇਰੇ ਵਾਸਤੇ ਕੁਝ ਨਹੀਂ ਕੁਝ ਨਹੀਂ ਇਸ ਦੁਨੀਆ 'ਚ ਕੌਣ ਮੈਨੂੰ ਕਲੱਬ ਲੈ ਜਾ ਰਿਹਾ ਹੈ ਕੌਣ ਘੋੜਸਵਾਰੀ ਲਈ ਤੇ ਕੌਣ ਤਲਾ ਜਾਂ ਸਮੁੰਦਰ 'ਚ ਨਹਾਉਣ ਲਈ ਤੇ ਕੌਣ ਸੁੰਦਰਤਾ ਦੀ ਸ਼ਲਾਘਾ ਕਰ ਰਿਹਾ ਇਸ ਕੁੜੀ ਵਾਂਗ ਨਹੀਂ ਨਹੀਂ ਡੇਢ ਵਜੇ ਸ਼੍ਰੀਮਾਨ ਦਿਵਕ ਕਰਾਏ ਬਗੀਚੇ 'ਚ ਆਏ ਸਿੱਧਾ ਬਿਆਰਾਂ ਬੀਅਰ ਲੈ ਆਇਆ ਸ੍ਰੀਮਤੀ ਵਾਸਤੇ ਜੂਸ ਦੀਪਕ ਉੱਠ ਕੇ ਚਲੀ ਗਈ ਦੁਪਹਿਰ ਤੋਂ ਪਿਛੋਂ ਨੇ ਅੰਦਰ ਦਾ ਕੰਮ ਓਕਾਇਆ ਮਨ ਚ ਮੁੜ ਮੁੜ ਕੇ ਵਿਨੇ ਦਾ ਖਿਆਲ ਮਚਲੇ ਰਾਤੀ ਉਹਦੀ ਤਬੀਅਤ ਢੇਰ ਹੀ ਖਰਾਬ ਸੀ ਹਾਲਤ ਚੰਗੇਰੀ ਨਾ ਹੋਏ ਤੇ ਉਹਨੂੰ ਕੁਝ ਹੋ ਜਾਏ ਦੀਪਕ ਕੰਬ ਗਈ ਮਤੇ ਉਹਨੂੰ ਕੁਝ ਹੋ ਜਾਏ ਬਹੁਤਾ ਝੇਰ ਪਰ ਉਹਦੇ ਬਾਰੇ ਸੋਚ ਨਾ ਸਕੇ ਅੱਜ ਸ੍ਰੀਮਤੀ ਦਿਵਾਕਰ ਦੇ ਸਿਰ ਚ ਦਰਦ ਹੈ ਸ਼ਾਇਦ ਵਰਜੇਸ਼ ਨੂੰ ਦੇਰ ਹੋ ਗਈ ਹੈ ਸ਼ਾਇਦ ਧੁੱਪ ਲੱਗ ਗਈ ਹੈ ਹਰ ਹਾਲਾਤ ਚ ਦੀਪਕ ਹੁਣ ਉਹਨਾਂ ਦਾ ਸਿਰ ਦੁਬਾਰੀ ਹੈ ਜੇ ਘੰਟਾ ਨਹੀਂ 40 50 ਮਿੰਟ ਉਸ ਰੂ ਸਿਰ ਜ਼ਰੂਰ ਘੁੱਟਦੀ ਰਹੀ ਹੈ ਸ਼੍ਰੀਮਤੀ ਦਿਵਾਕਰ ਨੇ ਸੈਰੀ ਡਾਂ ਦੀਆਂ ਦੋ ਗੋਲੀਆਂ ਖਾਧੀਆਂ ਉੱਠੀ ਸ਼ਾਮੀ ਦੋ ਪਾਰਟੀਆਂ ਹਨ ਦੋ ਕਿ ਤਿੰਨ ਪਹਿਲੇ ਕਾਕਟੇਲਸ ਉੱਤੇ ਜਾਣਾ ਹੈ ਫਿਰ ਖਾਣੇ ਤੇ ਫਿਰ ਕਲੱਬ ਵਿੱਚ ਬ੍ਰਿਜ ਖਾਸ ਸੁਨੇਹਾ ਹੈ ਸ਼੍ਰੀਮਾਨ ਸਹਾਏ ਜੀ ਦਾ ਸ਼੍ਰੀਮਤੀ ਦਿਵਾਕਰ ਨੇ ਜਲਦੀ ਤਿਆਰ ਹੋਣਾ ਹੈ ਠੀਕ 6 ਵਜੇ ਘਰੋਂ ਨਿਕਲ ਜਾਣਾ ਹੈ ਠੀਕ 6 ਵਜੇ ਸ਼੍ਰੀਮਤੀ ਦਿਵਾਕਰ ਘਰੋਂ نکلਣ ਲੱਗੀ ਦੀਪਕ ਦੇ ਮਨ 'ਚ ਪਤਾ ਨਹੀਂ ਕੀ ਆਇਆ ਉਹਨੇ ਉਹ ਕੁਝ ਕੀਤਾ ਜਿਹੜਾ ਉਸ ਅੱਜ ਤੱਕ ਨਹੀਂ ਸੀ ਕੀਤਾ ਪਿਛਲੇ ਡੇਢ ਸਾਲ ਉਹਨੇ ਜ਼ੁਬਾਨ ਨਹੀਂ ਸੀ ਖੋਲੀ ਜਿਵੇਂ ਆ ਗਿਆ ਆ ਗਿਆ ਹੁੰਦੀ ਉਹ ਵੀ ਕਰਦੇ ਤੇ ਜਦੋਂ ਆਪ ਸ਼੍ਰੀਮਤੀ ਦਿਵਾਕਰ ਕਹਿੰਦੀ ਉਦੋਂ ਹੀ ਉਹ ਕਰ ਜਾਂਦੀ ਉਸ ਪਿਛਲੇ ਡੇਢ ਸਾਲ 'ਚ ਕਦੀ ਜਲਦੀ ਘਰ ਜਾਣ ਦਾ ਇਹ ਜਿਹੜਾ ਨਹੀਂ ਸੀ ਕੀਤਾ ਕਰ ਜਾ ਕੇ ਉਸ ਕਰਨਾ ਵੀ ਕੀ ਸੀ ਤੇ ਦੁੱਖ ਹੀ ਫੁੱਲਨੇ ਸੰ ਦੁਖੀ ਹੋਣਾ ਸੀ ਵੇਖ ਕੇ ਮਾਂ ਵੇਖ ਕੇ ਭੈਣ ਭਰਾ ਨੂੰ ਉਹਨਾਂ ਦੇ ਫਟੇ ਕੱਪੜੇਆਂ ਫਟੀਆਂ ਪੁਰਾਣੀਆਂ ਕਿਤਾਬਾਂ ਨੂੰ ਤੱਕ ਕੇ ਪਰ ਅੱਜ ਅੱਜ ਦੀਪਕ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਜ਼ੁਬਾਨ ਖੋਲ ਬੈਠੀ ਅੱਗੇ ਵੀ ਭੈਣ ਭਰਾ ਬਿਮਾਰ ਹੋਏ ਸੀ ਮਾਂ ਨੇ ਮੰਜੀ ਮੱਲੀ ਸੀ ਕਦੀ ਕੋਈ ਬਾਹਰੋਂ ਰਿਸ਼ਤੇਦਾਰ ਆਇਆ ਸੀ ਪਰ ਮਜਾਲ ਹੈ ਦੀਪਕ ਨੇ ਮੂੰਹ ਖੋਲਿਆ ਹੋਵੇ ਮੰਗੇ ਹੋਵੇ ਇਸ ਤਰ੍ਹਾਂ ਹੁੰਦਾ ਹੀ ਰਹਿੰਦਾ ਉਹ ਸੋਚਦੀ ਬੜਾ ਕੁਝ ਉਹ ਜਹ ਕਹਿੰਦੀ ਕੁਛ ਨਾ ਪਰ ਅੱਜ ਜਦੋਂ 6 ਵਜੇ ਸ਼੍ਰੀਮਤੀ ਦਿਵਾਕਰ ਜਾਣ ਲੱਗੀ ਤਾਂ ਦੀਪਕ ਬੋਲ ਬੈਠੇ ਜੀ ਆਗਿਆ ਹੋਏ ਸ਼੍ਰੀਮਤੀ ਜੀ ਤਾਂ ਮੈਂ ਅੱਜ ਘਰ ਚਲੀ ਜਾਵਾਂ ਮੇਰਾ ਸ਼੍ਰੀਮਤੀ ਦਿਵਾਕਰ ਨੇ ਗੱਲ ਟੋਕ ਦਿੱਤੀ ਉਹ ਨੌਕਰਾਂ ਦੀ ਚਪੜ ਚਪੜ ਦੀ ਆਦੀ ਨਹੀਂ ਸੀ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਮੇਰੇ ਕੋਲੋਂ ਨਹੀਂ ਲੈਂਦੇ ਕੱਪੜੇ ਮੇਰੇ ਕੋਲੋਂ ਨਹੀਂ ਸਾਂਭੇ ਜਾਂਦੇ ਤੇ ਤੇਰੀ ਜ਼ਬਾਨ ਖੁੱਲਦੀ ਜਾਂਦੀ ਹੈ ਹੋਸ਼ਵਾਸ ਕਾਇਮ ਰਸ ਦੀ ਗੱਲ ਕਰ ਸ਼੍ਰੀਮਤੀ ਦਿਵਾਕਰ ਚਲੀ ਗਈ ਦੀਪਕ ਅੰਦਰ ਆਈ ਉਹਨੂੰ ਆਪਣੀ ਮਾਲਕਨ ਦਾ ਕੁਰਖਤਰ ਵਈਆ ਪੋਇਆ ਤੱਕ ਨਹੀਂ ਟਰਮੀਨਲ ਸੱਜੇ ਸੱਜੇ ਉਹ ਅੰਦਰ ਗਈ ਕੰਮ ਉਹ ਲਗਭਗ ਮੁਕਾਈ ਚੁੱਕੀ ਸੀ ਜਲਦੀ ਜਾਣ ਦੀ ਆਸ ਵਿੱਚ ਹੁਣ ਕਰਨ ਨੂੰ ਖਾਸ ਕੁਝ ਹੈ ਨਹੀਂ ਸੀ ਦੀਪਕ ਬਹਿ ਗਈ ਉਸ ਰਸਾਲਾ ਚੁੱਕਿਆ ਫਿਰ ਇੱਕ ਕਿਤਾਬ ਫਿਰ ਇੱਕ ਹੋਰ ਰਸਾਲਾ ਕੁਦਰਤਨ ਇਹ ਰਸਾਲਾ ਉਹ ਨਿਕਲਿਆ ਜਿਹੜਾ ਉਹ ਦੁਪਹਿਰੇ ਵੇਖ ਰਹੀ ਸੀ ਕੁਦਰਤਨ ਤਸਵੀਰਾਂ ਵਿੱਚ ਉਸੇ ਕੁੜੀ ਦੀਆਂ ਸਾਹਮਣੇ ਆਈਆਂ ਉਸੇ ਸੋਹਣੀ ਤੇ ਪਿਆਰ ਪਿਆਰੀ ਕੁੜੀ ਦੀਆਂ ਜਿਹਦੀ ਸ਼ਕਲ ਉਹਦੇ ਆਪਣੇ ਨਾਲ ਮਿਲਦੀ ਸੀ ਨਾ ਜਾਣੇ ਉਹਦੇ ਮਨ 'ਚ ਕੀ ਆਈ ਉਸ ਕੁੜੀ ਦੀ ਵੱਡੀ ਤੇ ਮੁੱਖ ਤਸਵੀਰ ਸਾਹਮਣੇ ਰੱਖ ਕੇ ਦੀਪਕ ਡਰੈਸਿੰਗ ਮੇਜ ਦੇ ਸਾਹਮਣੇ ਆਖਲੋਤ ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਉਸ ਟੂਲ ਤੇ ਬਹਿ ਗਈ ਜਿਸ ਉੱਤੇ ਸ਼੍ਰੀਮਤੀ ਦਿਵਾਕਰ ਬੈਠਿਆ ਕਰਦੀ ਸੀ ਅਜੇ ਤੱਕ ਕਦੀ ਦੀਪਕ ਇਸ ਟੂਲ ਤੇ ਨਹੀਂ ਸੀ ਬੈਠੇ ਪਰ ਅੱਜ ਉਹ ਉੱਥੇ ਬਹਿ ਗਈ ਬਿਨਾਂ ਸੋਚੇ ਸਮਝੇ ਜਿਵੇਂ ਇਹ ਟੂਲ ਉਹਦੇ ਵਾਸਤੇ ਹੀ ਬਣਿਆ ਹੋਵੇ ਜਿਵੇਂ ਸਾਹਮਣੇ ਦਾ ਡਰੈਸਿੰਗ ਟੇਬਲ ਉਹਦਾ ਆਪਣਾ ਹੋਵੇ ਜਿਵੇਂ ਸਬ ਕਰੀਮਾ ਪਾਊਡਰ ਲੋਸ਼ਨ ਬਿੰਦੀਆਂ ਲਿਪਸਟਿਕ ਆਦਿ ਆਪਣੀਆਂ ਹੋਣ ਤਸਵੀਰ ਸਾਹਮਣੇ ਰੱਖ ਕੇ ਸਭ ਤੋਂ ਪਹਿਲੇ ਉਹਨੇ ਆਪਣੇ ਵਾਲ ਬਣਾਏ ਹੂ ਬਹੂ ਉਹ ਕੁੜੀ ਦੇ ਵਾਲਾਂ ਵਾਂਗ ਉਹ ਲਾਈਤੀ ਫੈਸ਼ਨ ਦੇ ਵਾਲ ਬਣਾਉਣੇ ਸੌਕੇ ਨਹੀਂ ਸੀ ਪਰ ਦੀਪਕ ਨੂੰ ਕੁਝ ਔਕ ਨਹੀਂ ਹੋਇਆ ਦੀਪਕ ਆਪ ਉਹ ਕੁੜੀ ਤਾਂ ਸੀ ਸਿਰਫ ਵਾਲ ਪਿੰਨਤੀ ਚਾਲੀ ਲੱਗ ਗਏ ਪਰ ਵਾਲ ਪਿੰਨਾਂ ਦੀ ਕੋਈ ਘਾਟ ਹੈ ਮੇਜ਼ ਦੀ ਦਰਾਜ 'ਚ ਪਈ ਹੈ ਵਾਲ ਬਣਾ ਕੇ ਉਸ ਮੂੰਹ ਤੇ ਪਾਊਡਰ ਲਾਇਆ ਪਰਵੱਟੇ ਬਣਾਏ ਫਿਰ ਲਿਪਸਟਿਕ ਲਗਾਈ ਬਿਲਕੁਲ ਉਸ ਕੁੜੀ ਵਾਂਗ ਲੱਗੀ ਉਹ ਹੋ ਕੁੜੀ ਹੁਣ ਉਸ ਆਪਣੇ ਨਹ ਬਣਾਏ ਵਧੀਆ ਰੈਵਲੋਂ ਦਾ ਨਲ ਪਾਲਿਸ਼ ਲਾਇਆ ਹੁਣ ਉਸ ਸ਼੍ਰੀਮਤੀ ਦਿਵਾਕਰ ਦੀ ਵਾਰਡਰੋਬ ਖੋਲੀ ਸਭ ਤੋਂ ਸੁੰਦਰ ਤੇ ਕੀਮਤੀ ਸਾੜੀ ਕੱਢੀ ਫਰਾਂਸ ਦੀ ਬਣੀ ਅੰਗੀ ਕੱਢੀ ਮਸ਼ੀਨ ਉੱਤੇ ਉਹਨੂੰ ਛੋਟਾ ਕੀਤਾ ਬਲਾਊਜ਼ ਵੀ ਛੋਟਾ ਕੀਤਾ ਚੀਨ ਬਣੇ ਖਾਸ ਸੈਂਡਲ ਕੱਢੇ ਉਹਨੂੰ ਪਤਾ ਵੀ ਨਾ ਲੱਗਾ ਕਿ 6 ਘੰਟੇ ਕਿਵੇਂ ਬੀਤ ਗਏ ਕੁਪੜੀ ਮਾਂ ਭੈਣ ਨੂੰ ਭੁੱਲ ਗਈ ਉਹਨੂੰ ਆਪਣਾ ਬਿਮਾਰ ਵੈਨੇ ਵੀ ਭੁੱਲ ਗਿਆ 12 ਵਜੇ ਸ਼੍ਰੀਮਤੀ ਦਿਵਾਕਰ ਆਈ ਉਸ ਦੀਪਕ ਨੂੰ ਵੇਖਿਆ ਚਿੱਕੀ ਚੁਰੇਲ ਉਹ ਡਿੱਗ ਗਈ ਤੇ ਬੇਹੋਸ਼ ਹੋ ਗਈ ਧੰਨਵਾਦ